ਕੈਨੇਡਾ ਦੇ ਬ੍ਰੈਪਟਨ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਦਿਲ ਦਾ ਦੌਰਾ ਪੈਣ ਕਰਕੇ ਇਸ ਦੀ ਮੌਤ ਹੋਈ। ਖਾਂਸੀ ਅਤੇ ਬੁਖਾਰ ਹੋਣ ਦੇ ਕਰਕੇ ਹੌਲੀ ਹੌਲੀ ਸਿਹਤ ਵਿਗੜ ਗਈ। ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਇਸਨੇ ਦਮ ਤੋੜਿਆ। ਦੱਸਣ ਦੇ ਮੁਤਾਬਿਕ 2018 ਦੇ ਵਿੱਚ ਪਤਨੀ ਦੇ ਸਮੇਤ ਇਹ ਕੈਨੇਡਾ ਗਿਆ ਸੀ ਔਰ ਇਸ ਦੇ ਇੱਕ 3 ਸਾਲ ਦੀ ਬੱਚੀ ਵੀ ਹੈ। ਹਸਪਤਾਲ ਦੇ ਵਿੱਚ ਇਸ ਨੌਜਵਾਨ ਨੇ ਦਮ ਤੋੜਿਆ। ਮੋਗਾ ਦੇ ਬੋਹਣਾ ਚੌਂਕ ਦਾ ਇਹ ਨੌਜਵਾਨ ਰਹਿਣ ਵਾਲਾ ਸੀ ਜਿਸ ਦੀ ਉਮਰ 29 ਸਾਲ ਦੀ ਸੀ। ਦੱਸਿਆ ਗਿਆ ਕਿ ਬਲੱਡ ਸਰਕੂਲੇਸ਼ਨ ਸਲੋ ਹੋ ਗਿਆ ਜਿਸ ਦੇ ਨਾਲ ਇਸ ਨੌਜਵਾਨ ਦੀ ਮੌਤ ਹੋ ਗਈ। ਜਿਉਂ ਹੀ ਖਬਰ ਪਰਿਵਾਰ ਤੱਕ ਪਹੁੰਚੀ ਤਾਂ ਰੋ ਰੋ ਕੇ ਬੇਹਾਲ ਹੋ ਗਏ ਤਾਂ ਪਰਿਵਾਰ ਦੇ ਵੱਲੋਂ ਇੱਕੋ ਇੱਕ ਮੰਗ ਕੀਤੀ ਗਈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਹ ਹੱਥੀਂ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਕਰ ਸਕਣ। ਜੀ, ਮੇਰਾ ਬੇਟਾ ਗਿਆ ਸੀਗਾ 2018 ਦੇ ਵਿੱਚ। ਪਹਿਲਾਂ ਤਾਂ ਵਿਆਹ ਕੀਤਾ, ਮਤਲਬ ਖਰਚਾ ਪਾਣੀ ਵਾਹਵਾ ਕੀਤਾ ਸੀ, 30-35 ਲੱਖ ਰੁਪਈਆ ਲਾਇਆ। ਉੱਦਾਂ ਸੀਗਾ ਚੱਲ ਰੋਜ਼ੀ ਰੋਟੀ ਕਮਾਊਗਾ, ਭੋਰਾ ਸਾਨੂੰ ਵੀ ਆਸਰਾ ਹੋਊਗਾ। ਅਤੇ ਖਰਚਾ ਨੂੰ ਕਰਕੇ ਅਸੀਂ ਮੁੜ ਕੇ ਚੱਲ ਤੰਗੇ ਤੁੰਗੇ ਦਾ ਬੰਦਾ ਕੱਢਦਾ ਹੀ ਆ। ਮੁੜ ਕੇ ਉੱਥੇ ਜਾ ਕੇ ਕੰਮ ਕੁੰਮ ਤੁਹਾਨੂੰ ਪਤਾ ਹੀ ਜਿਵੇਂ ਚੱਲਦੇ ਆ। ਹੌਲੀ ਹੌਲੀ ਮਾੜਾ ਜਿਹਾ ਹੁਣ ਉਹ ਸੈੱਟ ਹੋਣ ਲੱਗਾ ਸੀਗਾ, ਸੈੱਟ ਹੋਣ ਲੱਗਾ ਸੀ ਅਤੇ ਆਹ ਪ੍ਰੋਬਲਮ ਆ ਗਈ। ਹੁਣ ਢਿੱਲਾ ਹੋ ਗਿਆ ਇੱਕਦਮ ਹੀ, ਅਤੇ 2 ਦਿਨ ਉਹਦੇ ਇਲਾਜ ਚੱਲਿਆ, ਮੁੜ ਕੇ ਉਹਦੀ ਡੈਥ ਹੋ ਗਈ। ਕਿੰਨੀ ਕੰਮ ਕੀ ਕਰਦਾ ਸੀਗਾ ਜੀ? ਉੱਥੇ ਕੰਮ ਜੀ ਆਹ ਟਰਾਲੇ ਟਰੂਲੇ ਦਾ ਸੀਗਾ, ਪਹਿਲਾਂ ਚਲਾਉਂਦਾ ਸੀਗਾ ਉਹ ਕੰਪਨੀ ਵਾਲਾਂ ਦਾ। ਮੁੜ ਕੇ ਉਹਨੇ ਹੌਲੀ ਹੌਲੀ ਕਰਕੇ ਆਪਦਾ ਲੈ ਲਿਆ ਸੀਗਾ, ਅਤੇ ਇੱਕ ਉਹ ਵਾਸ਼ ਦਾ ਕੰਮ ਸੀਗਾ ਟਰੱਕਾਂ ਟਰੁੱਕਾਂ ਵਾਲਾ। ਕਿਹੜੀ ਜਗ੍ਹਾ ਕਿਹੜੀ ਸੀਗਾ? ਬਰੈਂਪਟਨ 'ਚ ਸੀਗਾ ਜੀ ਉਹ। ਅਤੇ ਦਿੱਕਤ ਕੀ ਆਈ ਸੀ? ਦਿੱਕਤ ਜੀ ਆ ਬਸ ਜਿਹੜਾ ਖਾਂਸੀ ਜ਼ੁਕਾਮ ਹੁੰਦਾ ਆਈ ਸੀ ਪਹਿਲਾਂ ਤਾਂ, ਅਤੇ ਮਾੜਾ ਜਿਹਾ ਚੱਕਰ ਜਿਹਾ ਆਇਆ, ਚੱਲ ਹੋਸਪਿਟਲ ਲੈ ਗਏ, ਉੱਥੇ ਉਹਨਾਂ ਨੂੰ ਰੱਖਿਆ ਪਰ ਨਹੀਂ ਪਾ ਸਕੇ। ਉੱਥੇ ਕੋਈ ਹੈਲਥ ਕਾਰਡ ਸੀਗਾ? ਕਿੰਨਾ ਖਰਚਾ ਆਇਆ ਜੀ ਉੱਥੇ? ਉੱਥੇ ਖਰਚਾ ਵਾਹਵਾ ਆ ਗਿਆ ਸੀ, ਮੈਨੂੰ ਤਾਂ ਪੂਰਾ ਨਹੀਂ ਜਾਣਕਾਰੀ ਨਹੀਂ ਕਿੰਨਾ ਕੁ ਆਇਆ ਹੈਲਥ ਕਾਰਡ, ਮੈਨੂੰ ਤਾਂ ਇਸ ਬਾਰੇ ਹੈ ਨਹੀਂ। ਬੋਡੀ ਐਕਸਪਾਇਰ ਸੀ ਹੈਲਥ ਕਾਰਡ ਉਹਦਾ। ਅਤੇ ਬੋਡੀ ਵਗੈਰਾ? ਬੋਡੀ ਵਗੈਰਾ ਹੁਣ ਅਸੀਂ ਕੋਸ਼ਿਸ਼ ਕਰਦੇ ਵੀ ਸਾਡੀ ਕੋਈ ਹੈਲਪ ਕੀਤੀ ਜਾਵੇ, ਇੱਥੇ ਮੰਗਾ ਸਕੀਏ। ਬੇਟਾ ਜੀ ਇੱਧੋ ਮਾਰਚ ਦੇ ਵਿੱਚ 6 ਸਾਲ ਹੋਣੇ ਆ ਮੇਰੇ ਕੋਲੋਂ ਗਏ ਨੂੰ ਜੀ। ਪੜ੍ਹਾਈ ਵਾਸਤੇ ਨੂੰਹ 'ਤੇ ਖਰਚਾ ਕਰਕੇ ਭੇਜੇ ਸੀ, ਨਾਲ ਮੁੰਡਾ ਮਗਰ ਚਲਿਆ ਗਿਆ ਸੀ। 6 ਸਾਲ ਮਾਰਚ 'ਚ ਹੋਣੇ ਸੀ ਮੁੰਡਾ ਗਏ ਨੂੰ। ਵਹੁਟੀ ਪਹਿਲਾਂ ਗਈ ਸੀ, ਕੁਦਰਤ ਵੱਲੋਂ ਪੜ੍ਹਾਈ ਵੀ ਲੇਟ ਹੋ ਗਈ, ਵਰਕ ਪਰਮਿਟ ਵੀ ਹੋਣਾ ਇਸ ਟਾਈਮ 'ਤੇ ਉਹਦਾ ਖਤਮ ਹੋ ਚੁੱਕਾ ਸੀ। ਅਜੇ ਲਾਏ ਨੂੰ 1 ਸਾਲ ਹੋ ਗਿਆ ਸੀ, ਉਹਦਾ ਵਰਕ ਪਰਮਿਟ ਵੀ ਨਹੀਂ ਸੀ ਅਜੇ ਆਇਆ। ਕੰਮ ਕਾਰ ਆਪਦਾ ਕਰਦਾ ਸੀ ਪਰ ਇਸ ਟਾਈਮ 'ਤੇ ਚਾਨਚੱਕ ਉਹਦੇ ਨਾਲ ਬੁਖਾਰ ਜ਼ੁਕਾਮ ਹੋਣ ਦੇ ਕਾਰਨ ਪਤਾ ਨਹੀਂ ਸਾਨੂੰ ਕੀ ਬਣਿਆ ਹੈ। ਡਾਕਟਰ ਦੇ ਹਸਪਤਾਲ ਦਾਖਲ ਕਰਵਾਇਆ ਹੈ, ਟ੍ਰੀਟਮੈਂਟ ਚੱਲੇ ਆ ਪਰ ਉਹਨੂੰ ਆਰਾਮ ਨਹੀਂ ਆਇਆ। ਸਾਨੂੰ ਪਤਾ ਨਹੀਂ ਕੀ ਬਣ ਗਿਆ, ਅਸੀਂ ਲੁੱਟੇ ਪੱਟੇ ਗਏ ਹਾਂ। ਬੜੇ ਚਾਵਾਂ ਨਾਲ ਭੇਜਿਆ ਸੀ, ਬੜੇ ਚਾਵਾਂ ਦੇ ਨਾਲ ਸਦਰਾਂ ਨਾਮ ਹੈ ਡੱਬੇ ਵੰਡ ਵੰਡ ਖੁਸ਼ੀਆਂ ਦੇ ਨਾਲ ਘਰੋਂ ਤੋਰਿਆ ਸੀ। ਅੱਜ ਮੇਰਾ ਪਤਾ ਨਹੀਂ ਕਿਵੇਂ ਡੱਬਿਆਂ 'ਚ ਬੰਦ ਹੋ ਗਏ ਹੁਣ। ਮੈਂ ਲੁੱਟੀ ਗਈ ਮੁਰਖਾ, ਮੈਂ ਮਾਰੀ ਗਈ ਮੁਰਖਾ, ਮੇਰਾ ਕੁਛ ਨਹੀਂ ਰਿਹਾ ਤਾ, ਮੇਰੇ ਪੱਲੇ ਡੱਕਾ ਨਹੀਂ ਰਿਹਾ, ਮੈਂ ਮਰ ਗਈ ਲੋਕੋ, ਮੈਂ ਮਰ ਗਈ। ਬੋਡੀ ਲਿਆਉਣ ਵਾਸਤੇ ਕਹਿ ਰਹੇ, ਗੱਲ ਕਰ ਰਹੇ ਹੋ, ਕੀ ਲੱਗਦਾ ਵੀ ਬੋਡੀ ਇੱਧਰ ਮੰਗਵਾ ਸਕੋਗੇ? ਤੁਸੀਂ ਕੀ ਮੰਗ ਕਰ ਰਹੇ ਹੋ? ਅਸੀਂ ਮੰਗ ਇਹ ਕਰਦੇ ਹਾਂ, ਸਾਡੀ ਹੈਲਪ ਕਰੋ, ਅਸੀਂ ਆਪਦੇ ਪੁੱਤ ਦੀ ਬੋਡੀ ਲਿਆ ਸਕੀਏ ਜੋ ਕਿ ਅਸੀਂ ਉਹਦੇ
ਬੈਲ ਤਾਰ ਸਕੀਏ ਹਸਪਤਾਲ ਦਾ, ਬੈਲ ਬਹੁਤ ਵੱਡੇ ਬਣੇ ਪਏ ਆ ਤੇ ਸਾਡੇ ਕੋਲੇ, ਸਾਡੇ ਪੁੱਤ ਦੀ ਅਸੀਂ ਸੂਰਤ ਵੇਖ ਸਕੀਏ, ਲਿਆ ਕੇ ਆਪਦੇ ਹੱਥੀ ਸੰਸਕਾਰ ਕਰ ਸਕੀਏ। ਸਾਨੂੰ ਅੱਜ ਤੋਂ 6 ਸਾਲ ਪਹਿਲਾਂ ਦਾ ਮਾਂ ਦੇ ਸੀਨੇ ਨਾਲ ਵਿਛੜਿਆ ਪੁੱਤ, ਮਾਂ ਦੀਆਂ ਆਂਦਰਾਂ ਚ ਠਾਠਾਂ ਮਾਰ ਮਾਰ ਹੁੰਦੀਆਂ ਏ, ਮਾਂ ਕੁਛ ਕਹਿ ਨਹੀਂ ਸਕਦੀ ਏਦੀ ਉਤੋਂ। ਮਾਂ ਆਪਦੀ ਪੁੱਤ ਨੂੰ ਆਨੀ ਮੈਂ ਸੀਨੇ ਨਾਲ ਲਾ ਲਾ ਮੁੱਕੇ ਦੂ ਗੱਲ ਕਦੋਂ ਹੋਈ ਸੀ ਕਦੋਂ ਗੱਲ ਹੋਈ ਸੀ ਮੁੰਡੇ ਨਾਲ ਖੀਰੀ ਵਾਲੀ? ਮੇਰੇ ਨਾਲ ਮੰਗਲਵਾਰ ਸੁਬਹ ਗੱਲ ਹੋਈ ਸੀ। ਮੇਰਾ ਪੁੱਤ ਵਧੀਆ ਗੱਲਾਂ ਕਰਦਾ ਸੀ, ਉਹਨੂੰ ਇੱਕ ਥੋੜਾ ਜਿਹਾ ਬੁਖਾਰ ਤੇ ਗਲਾ ਖਰਾਬ ਹੋਇਆ ਸੀ। ਬਸ ਉਸੇ ਦੇ ਖਰਾਬ ਹੋਣ ਕਾਰਨ ਉਹਨੂੰ ਸਾਨੂੰ ਐ ਲੱਗਿਆ ਜਿਵੇਂ ਉਹਨੂੰ ਕਮਜ਼ੋਰੀ ਹੋਈ ਹੁੰਦੀ ਆ। ਹਸਪਤਾਲ ਲੈ ਕੇ ਗਏ, ਹਸਪਤਾਲ ਵਾਲਿਆਂ ਨੇ ਪਤਾ ਨਹੀਂ ਕੀ ਟ੍ਰੀਟਮੈਂਟ ਕੀਤਾ। ਉਹਦੀ ਲੱਤ ਬਹੁਤ ਜ਼ਿਆਦਾ ਸੁੱਜ ਗਈ, ਉਹਦੇ ਸਾਰੇ ਲੱਤਾਂ ਦੇ ਵਿੱਚ ਪਿੰਡੇ ਦੇ ਲੂ ਖੂਨ ਖੜ ਗਿਆ ਕਹਿੰਦੇ, ਗੰਢਾਂ ਵੱਜ ਗਈਆਂ ਉਹਨਾਂ ਨੇ। ਉਸ ਤੋਂ ਬਾਅਦ ਉਹਦਾ ਟ੍ਰੀਟਮੈਂਟ ਕੀਤਾ, ਕਹਿੰਦੇ ਅਸੀਂ ਸਰਜਰੀ ਕਰਦੇ ਹਾਂ, ਸਰਜਰੀ ਨਾਲ ਹੀ ਲੱਤ ਦਾ ਖੂਨ ਚੱਲ ਪਊ। ਉਹਨਾਂ ਨੇ ਸਾਰੇ ਸਰੀਰ ਦੀ ਸਰਜਰੀ ਕਰਤੀ, ਪਰ ਮੇਰਾ ਪੁੱਤ ਮੂੰਹ ਵਿੱਚ ਨਾਲੀਆਂ ਲਾ ਤੀਆਂ, ਹਰ ਇੱਕ ਚੀਜ਼ ਦੇ ਨਾਲੀਆਂ ਲਾ ਗਈਆਂ, ਪਰ ਮੇਰਾ ਪੁੱਤ ਬੋਲਿਆ ਨਹੀਂ, ਮੇਰਾ ਪੁੱਤ ਬੋਲਿਆ ਨਹੀਂ, ਮੇਰਾ ਪੁੱਤ ਉੱਥੇ ਹੀ ਖਤਮ ਹੋ ਗਿਆ, ਉੱਥੇ ਹੀ ਖਤਮ ਹੋ ਗਿਆ ਸਰ। ਸਾਨੂੰ ਮਤਲਬ ਮੌਤ ਹੋਣ ਤੋਂ 3-4 ਦਿਨ ਪਹਿਲਾਂ ਲਗਭਗ ਵੀ ਜਦੋਂ ਗੱਲ ਹੋਈ ਸੀ, ਉਦੋਂ ਥੋੜ੍ਹਾ ਜਿਹਾ ਉਹਨਾਂ ਨੂੰ ਮਤਲਬ ਜ਼ੁਕਾਮ ਜ਼ੁਕੂਮ ਵਗੈਰਾ ਸੀਗਾ ਜੀ, ਅਤੇ ਜ਼ੁਕਾਮ ਵਗੈਰਾ ਤੋਂ ਅਤੇ ਮਤਲਬ ਜਿਵੇਂ ਆਪਾਂ ਘਰ ਕੋਈ ਚੀਜ਼ ਵਗੈਰਾ ਲੈ ਲੈਂਦੇ ਹਾਂ ਨੋਰਮਲ, ਅਤੇ ਲੈ ਲਈ ਵੀ ਨੋਰਮਲ ਜ਼ੁਕਾਮ ਆ। ਫਿਰ ਉਦੋਂ ਅਗਲੇ ਦਿਨ ਥੋੜ੍ਹਾ ਜਿਹਾ ਗਲਾ ਗੁਲਾ ਜ਼ਿਆਦਾ ਖਰਾਬ ਹੋ ਗਿਆ ਜੀ, ਅਤੇ ਗਲਾ ਖਰਾਬ ਹੋਣ ਤੋਂ ਬਾਅਦ ਮਤਲਬ ਕੁਛ ਖਾਧਾ ਨਹੀਂ ਜਾ ਰਿਹਾ ਸੀਗਾ, ਅਤੇ ਲਗਭਗ ਸ਼ਾਮ ਨੂੰ ਹੋਸਪਿਟਲ ਮਤਲਬ ਚਲੇ ਗਏ ਵੀ ਸਰੀਰ ਟੁੱਟਦਾ ਭੱਜਦਾ ਜਿਹਾ ਜਿਵੇਂ ਹੁੰਦਾ ਇੱਦਾਂ ਸੀਗਾ। ਮਤਲਬ ਹੋਸਪਿਟਲ ਚਲੇ ਗਏ, ਉਹਨਾਂ ਨੇ ਮਤਲਬ ਜੋ ਚੈੱਕਅਪ ਕੀਤਾ ਵੀ ਕਹਿੰਦੇ ਵੀ ਥੋੜ੍ਹਾ ਜਿਹਾ ਜਿਹੜੇ ਤਾਂ ਬਲੱਡ ਸਰਕੂਲੇਸ਼ਨ ਆ ਵੀ ਉਹ ਸਲੋਅ ਆ ਵੀ ਇਸ ਕਰਕੇ ਵੀ ਸਰੀਰ ਟੁੱਟਦਾ ਭੱਜਦਾ। ਫਿਰ ਉਹਨਾਂ ਨੇ ਮਤਲਬ ਉਹਦੀਆਂ ਲੱਤਾਂ ਦੇ ਮਤਲਬ ਬਲੱਡ ਸਰਕੂਲੇਸ਼ਨ ਸਹੀ ਕਰਨ ਦੇ ਮਸ਼ੀਨ ਵਗੈਰਾ ਜੋ ਲਾਈਆਂ, ਇੱਕ ਲੱਗ ਲੈ ਕੇ ਤਾਂ ਉਹਦੇ ਮਤਲਬ ਸਹੀ ਲੱਗ ਗਈ, ਇੱਕ ਤਾਂ ਮਤਲਬ ਸਹੀ ਸੂਈ ਉਹਨਾਂ ਤੋਂ ਨਹੀਂ ਲੱਗੀ, ਡਾਕਟਰ ਤੋਂ ਮਿਸਟੇਕ ਹੋਈ ਹੋਵੇ ਤਾਂ ਉਹਦਾ ਮਤਲਬ ਸੁੱਜ ਬਹੁਤ ਜ਼ਿਆਦਾ ਗਈ ਜਿਵੇਂ ਫਟਣ 'ਤੇ ਆ ਗਈ, ਮਤਲਬ ਇੱਦਾਂ ਹੋ ਗਿਆ ਸੀਗਾ। ਅਤੇ ਫਿਰ ਮਤਲਬ 2 ਦਿਨ ਮਤਲਬ ਸਹੀ ਰਹੇ, ਉਦੇ ਦੂਜੇ ਦਿਨ ਮਤਲਬ ਕਹਿੰਦੇ ਸੀ ਵੀ ਹੁਣ ਲੱਤ ਦੀ ਸਰਜਰੀ ਕਰਨੀ ਪਊਗੀ ਵੀ ਜ਼ਿਆਦਾ ਹੋ ਗਈ ਸਰਕੂਲੇਸ਼ਨ, ਉਹਦਾ ਸਾਰਾ ਰੁਕ ਗਿਆ ਸੀ ਲੱਤ ਦਾ। ਫਿਰ ਉਹ ਸਰਜਰੀ ਕੀਤੀ, ਫਿਰ ਉਹ ਖੂਨ ਰੁਕਣ ਕਰਕੇ ਉਹਦੇ ਕਲਾਊਡ ਵਗੈਰਾ ਬਣ ਗਏ ਸੀਗੇ ਖੂਨ ਦੇ ਲੱਤ ਦੇ, ਉਹ ਫਿਰ ਕਲਾਊਡ ਗਾਂਹ ਨੂੰ ਜਾਣ ਲੱਗ ਗਏ। ਫਿਰ ਉਹਨਾਂ ਨੇ ਹਾਰਟ ਦੀ ਸਰਜਰੀ ਕੀਤੀ ਕਲਾਊਡ ਹੋਣ ਕਰਕੇ ਜੀ। ਬਸ ਫਿਰ ਜਦੋਂ ਹਾਰਟ ਦੀ ਸਰਜਰੀ ਕੀਤੀ, ਫਿਰ ਉਦੋਂ ਬਾਅਦ 'ਚ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ, ਉਸ ਤੋਂ ਬਾਅਦ ਕੋਈ ਬੋਲੇ। ਕਿੰਨੀ ਦੇਰ ਹੋ ਗਈ ਗਏ ਨੂੰ ਕੈਨੇਡਾ ਗਿਆ? 18 'ਚ ਗਏ ਸੀਗੇ, ਤਕਰੀਬਨ 6 ਸਾਲ ਹੋ ਗਏ ਸੀਗੇ। ਕਿਹੜੀ ਜਗ੍ਹਾ ਰਹਿੰਦੇ ਸੀਗੇ? ਬ੍ਰੈਂਪਟਨ ਰਹਿੰਦੇ ਸੀਗੇ। ਅਤੇ ਸ਼ਾਦੀ ਹੋਈ ਵੀ ਆ? ਹਾਂਜੀ, ਮੈਰਿਜ ਹੋਈ ਵੀ ਸੀਗੀ, ਅਤੇ ਇੱਕ ਉਹਨਾਂ ਦੀ ਬੇਟੀ ਆ ਜੀ 3 ਸਾਲ ਦੀ। ਵਾਈਫ ਵੀ ਨਾਲ ਸੀਗੀ ਉੱਥੇ? ਹਾਂਜੀ, ਵਾਈਫ ਨਾਲ ਹੀ ਸੀਗੀ ਉੱਥੇ। ਕੀ ਕੰਮ ਕੀ ਕਰਦੇ ਸੀ ਉੱਥੇ? ਇਹ ਮਤਲਬ ਇਹਨਾਂ ਦਾ ਟਰੱਕ ਚਲਾਉਂਦੇ ਸੀ, ਆਪਦਾ ਟਰੱਕ ਵਗੈਰਾ ਪਾਇਆ ਹੋਇਆ ਸੀਗਾ, ਇੱਕ ਬਿਜ਼ਨਸ ਮਤਲਬ ਟਰੱਕ ਵਾਸ਼ ਵੈਕਿਊਮ ਵਗੈਰਾ ਕਰਨ ਦਾ ਉਹ ਵੀ ਚਲਾਇਆ ਹੋਇਆ ਸੀਗਾ।